ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਹਨਾਂ ਦਾ ਸਾਫ ਤੌਰ ਤੇ ਕਹਿਣਾ ਕਿ ਇੱਥੇ ਵਿਖੇ ਇਹ ਪ੍ਰੋਟੈਸਟ ਕਰਕੇ ਯੂਥ ਕਾਂਗਰਸ ਤੇ ਇਹ ਪੂਰਾ ਆ ਕੇ ਹੁਣ ਪੁਲਿਸ ਦੇ ਨਾਲ ਉਲਝਦੇ ਹੋਏ ਪੁਲਿਸ ਦੇ ਨਾਲ ਗੱਲਬਾਤ ਕਰਦੇ ਹੋਏ ਲੇਕਿਨ ਪੁਲਿਸ ਨੇ ਇਹਨਾਂ ਨੂੰ ਹੁਣ ਇੱਥੇ ਹੀ ਰੋਕ ਲਿਆ ਹਾਲਾਂਕਿ ਇੱਥੇ ਰੋਕ ਕੇ ਹੁਣ ਪੁਲਿਸ ਇਹਨਾਂ ਨੂੰ ਸਮਝਾਉਂਦੀ ਹੋਈ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਅੰਦਰ ਵੜ ਕੇ ਅਸੀਂ ਪ੍ਰੋਟੈਸਟ ਕਰਾਂਗੇ ਤੇ ਅੰਦਰ ਲੌਕ ਕਰਾਂਗੇ ਤੇ ਹੁਣ ਪੁਲਿਸ ਅਧਿਕਾਰੀ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਯੂਥ ਕਾਂਗਰਸ ਦੇ ਨਗਰ ਨਿਗਮ ਦੇ ਬਿਲਕੁਲ ਬਾਹਰ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਲਗਾਤਾਰ 30 ਜਨਵਰੀ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰ ਲਈਏ ਕਾਂਗਰਸ ਦੀ ਅਸੀਂ ਗੱਲ ਕਰ ਲਈਏ ਰੋਜ਼ਾਨਾ ਪ੍ਰੋਟੈਸਟ ਕੀਤਾ ਜਾ ਰਿਹਾ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਜਿਹੜਾ ਇਲਜ਼ਾਮ ਇਹਨਾਂ ਨੇ ਲਾਇਆ ਕਿ ਲਗਾਤਾਰ ਸਾਡੇ ਨਾਲ ਧੱਕਾਸ਼ਾਹੀ ਹੋਈ ਹੈ ਔਰ ਅਨਿਲ ਮਸੀਹ ਪ੍ਰੈਜ਼ਾਈਡਿੰਗ ਆਫੀਸਰ ਕਿਸ ਤਰ੍ਹਾਂ ਇਹ ਪੂਰਾ ਕੰਮ ਕੀਤਾ ਇਸ ਕਰਕੇ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹਾਲਾਂਕਿ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੰਦਰ ਜਾ ਕੇ ਮੇਅਰ ਰੂਮ ਦੇ ਅੰਦਰ ਜਾ ਕੇ ਅਸੀਂ ਲੌਕ ਕਰਨਾ ਹੈ ਮੇਅਰ ਰੂਮ ਅਸੀਂ ਲੌਕ ਕਰਨਾ ਹੈ ਲੇਕਿਨ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਪੁਲਿਸ ਸਾਫ਼ ਤੌਰ ਤੇ ਕਹਿੰਦੀ ਨਜ਼ਰ ਆ ਰਹੀ ਕਿ ਅੰਦਰ ਅਸੀਂ ਤੁਹਾਨੂੰ ਨਹੀਂ ਜਾਣ ਦੇਵਾਂਗੇ ਤਸਵੀਰਾਂ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀ ਹੈ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਚੰਡੀਗੜ੍ਹ ਯੂਥ ਕਾਂਗਰਸ ਤੇ ਬਹਿ ਕੇ ਹੁਣ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਹੈ ਪੁਲਿਸ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਅੰਦਰ ਜਾ ਕੇ ਰਹਾਂਗੇ ਤਸਵੀਰਾਂ ਨਗਰ ਨਿਗਮ ਦੇ ਬਾਹਰ ਦੀ ਹੈ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ DSP SHO ਹੋਰ ਵੀ ਅਧਿਕਾਰੀ ਇੱਥੇ ਪਹੁੰਚ ਕੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਤੇ ਪੁਲਿਸ ਉਹਨਾਂ ਨੂੰ ਹੁਣ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਨਗਰ ਨਿਗਮ ਦੇ ਇਲੈਕਸ਼ਨ ਤੋਂ ਬਾਅਦ ਮੇਅਰ ਦੇ ਇਲੈਕਸ਼ਨ ਤੋਂ ਬਾਅਦ ਲਗਾਤਾਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਅੱਜ ਵੀ ਨਗਰ ਨਿਗਮ ਦੇ ਬਾਹਰ ਇਹ ਪ੍ਰੋਟੈਸਟ ਬਿਲਕੁਲ ਸਾਹਮਣੇ ਆ ਰਿਹਾ ਨਗਰ ਨਿਗਮ ਦੇ ਬਾਹਰ ਦੀ ਇਹ ਤਸਵੀਰਾਂ ਨੇ ਜਿੱਥੇ ਪੁਲਿਸ ਉਹਨਾਂ ਨੂੰ ਰੋਕਦੀ ਨਜ਼ਰ ਆ ਰਹੀ ਹੈ ਤੇ ਇਹਨਾਂ ਨੇ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਅਸੀਂ ਨਗਰ ਨਿਗਮ ਦੇ ਅੰਦਰ ਵੜ ਕੇ ਮੇਅਰ ਰੂਮ ਲੌਕ ਕਰਾਂਗੇ ਤੇ ਜਿਹੜਾ ਇਹਨਾਂ ਨੇ ਪੂਰਾ ਇੱਕ ਬੈਨਰ ਤਿਆਰ ਕੀਤਾ ਗਿਆ ਫਰਜ਼ੀ ਮੇਅਰ ਇਸ ਤਰ੍ਹਾਂ ਦੇ ਇਲਜ਼ਾਮ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਦੂਜੇ ਪਾਸੇ ਆਪਾਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਕਾਉਂਸਲਰ ਉਹਨਾਂ ਦੇ ਸਮਰਥਕ ਵੀ ਇੱਥੇ ਅਨਸ਼ਨ ਤੇ ਬੈਠੇ ਹੋਏ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਵੀ ਲਗਾਤਾਰ ਮਿਲ ਕੇ ਸਪੋਰਟ ਕਰ ਰਹੇ ਹਾਂ ਕਾਂਗਰਸ ਪਾਰਟੀ ਦਾ ਤੇ ਅਸੀਂ ਵੀ ਮੇਅਰ ਦੇ ਖਿਲਾਫ ਹਾਲਾਂਕਿ ਹੁਣ ਪੁਲਿਸ ਨੇ ਇਹਨਾਂ ਨੂੰ ਖਦੇੜਿਆ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਇਹਨਾਂ ਨੂੰ ਖਦੇੜਦੇ ਨਜ਼ਰ ਆ ਰਹੀ ਹੈ ਦੂਜੇ ਪਾਸੇ ਲਾ ਕੇ ਇਹਨਾਂ ਨੂੰ ਸਾਈਡ ਤੇ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀ ਹੈ ਜੋ ਕਿ ਇਹਨਾਂ ਨੂੰ ਹੁਣ ਖਦੇੜਿਆ ਗਿਆ ਪੁਲਿਸ ਵੱਲੋਂ ਪੁਲਿਸ ਨੇ ਇਹਨਾਂ ਨੂੰ ਹੁਣ ਸਾਈਡ ਤੇ ਖਦੇੜਿਆ ਤਸਵੀਰਾਂ ਨਗਰ ਨਿਗਮ ਦੇ ਬਾਹਰ ਦੀ ਹੈ ਜਿੱਥੇ ਪੁਲਿਸ ਇਹਨਾਂ ਨੂੰ ਹੁਣ ਖਦੇੜਦੀ ਨਜ਼ਰ ਆ ਰਹੀ ਹੈ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀ ਹੈ ਪੁਲਿਸ ਇਹਨਾਂ ਨੂੰ ਹੁਣ ਡਿਟੇਨ ਕਰਨ ਦੀ ਤਿਆਰੀ ਕਰ ਰਹੀ ਹੈ ਡਿਟੇਨ ਕੀਤਾ ਜਾ ਰਿਹਾ ਔਰ ਬੱਸਾਂ ਦੇ ਭਰ ਕੇ ਇਹਨਾਂ ਨੂੰ ਪੁਲਿਸ ਹਿਰਾਸਤ ਚ ਲਿਆ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ ਹੈ ਚੰਡੀਗੜ੍ਹ ਪੁਲਿਸ ਦੇ ਨਾਲ ਧੱਕਾ ਮੁੱਕੀ ਕਰਦੇ ਹੋਏ ਚੰਡੀਗੜ੍ਹ ਯੂਥ ਕਾਂਗਰਸ ਦੇ ਸਪੋਰਟਰ ਤੇ ਚੰਡੀਗੜ੍ਹ ਯੂਥ ਕਾਂਗਰਸ ਦੇ ਇਹਨਾਂ ਦੇ ਨਾਲ ਧੱਕਾ ਮੁੱਕੀ ਕਰਦੇ ਹੋਏ ਇਹਨਾਂ ਨੂੰ ਗੱਡੀਆਂ ਚ ਪਾਉਂਦੇ ਹੋਏ ਯਾਨੀ ਕਿ ਇਹਨਾਂ ਨੂੰ ਬੱਸ ਚ ਪਾ ਕੇ ਲੈ ਕੇ ਜਾਂਦੇ ਹੋਏ ਤਸਵੀਰਾਂ ਚੰਡੀਗੜ੍ਹ ਦੇ ਨਗਰ ਨਿਗਮ ਦੇ ਬਾਹਰ ਦੀ ਹੈ ਜਿੱਥੇ ਇਹਨਾਂ ਨੂੰ ਹੁਣ ਲੈ ਕੇ ਅੰਦਰ ਬੱਸ ਯਾਨੀ ਕਿ ਡਿਟੇਨ ਕਰਦੇ ਹੋਏ ਪੁਲਿਸ ਹਾਲਾਂਕਿ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ ਪੁਲਿਸ ਵੱਲੋਂ ਇਹਨਾਂ ਨੂੰ ਬੱਸ ਚ ਬਿਠਾਇਆ ਜਾ ਰਿਹਾ ਲੇਕਿਨ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਅਸੀਂ ਪ੍ਰੋਟੈਸਟ ਕਰਦੇ ਰਹਾਂਗੇ ਅਸੀਂ ਅੰਦਰ ਜਾ ਕੇ ਰਹਾਂਗੇ ਔਰ ਪੂਰਾ ਲੌਕ ਜਦ ਤੱਕ ਨਹੀਂ ਹੁੰਦਾ ਜਦ ਤੱਕ ਅਸੀਂ ਨਹੀਂ ਹਟਦੇ ਤਸਵੀਰਾਂ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀ ਹੈ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਪ੍ਰੋਟੈਸਟ ਕਰਕੇ ਹੁਣ ਪੁਲਿਸ
ਇਹਨਾਂ ਨੂੰ ਲੈ ਕੇ ਜਾਂਦੀ ਹੋਈ ਦੂਜੇ ਪਾਸੇ ਵੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਪੁਲਿਸ ਵੱਲੋਂ ਇਹਨਾਂ ਨੂੰ ਖਦੇੜਦੇ ਹੋਏ ਲੈ ਕੇ ਜਾਂਦੇ ਹੋਏ ਪੁਲਿਸ ਵੱਲੋਂ ਇਹਨਾਂ ਨੂੰ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਅਸੀਂ ਇੱਥੋਂ ਨਹੀਂ ਜਾਵਾਂਗੇ ਜਦ ਤੱਕ ਅਸੀਂ ਨਹੀਂ ਬਣਦੇ। ਤਸਵੀਰਾਂ ਲਗਾਤਾਰ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਦੀ ਹੈ, ਜਿੱਥੇ ਪੁਲਿਸ ਦੇ ਨਾਲ ਦੁਬਾਰਾ ਤੋਂ ਧੱਕਾ ਮੁੱਕੀ ਹੋਈ ਹੈ, ਦੁਬਾਰਾ ਪੁਲਿਸ ਦੇ ਨਾਲ ਇਹਨਾਂ ਦੀ ਬਹਿਸਬਾਜ਼ੀ ਹੋਈ ਹੈ, ਔਰ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਡਿਟੇਨ ਕਰਕੇ ਲਿਜਾਂਦੀ ਹੋਈ ਪੁਲਿਸ ਨਗਰ ਨਿਗਮ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ये हालत है इस देश की। आज हमारी आवाज को दबाने का काम कर रही है भाजपा, ये यूथ कांग्रेस के लोग हैं, पीछे तो सरेआम गुंडागर्दी है, ये बीजेपी की धक्केशाही है। रोज प्रोटेस्ट होगी, आम लोग सड़कों ते ने आज लोकतंत्र बचाने लई, ये चंडीगढ़ की आवाज है, पूरे देश की आवाज है। ਸਰਕਾਰਾਂ ਹਿਲਾ ਕੇ ਰਵਾਂਗੇ, ਕੁਰਸੀਆਂ ਹਿਲਾ ਕੇ ਰਵਾਂਗੇ। ਹਮ ਫੱਜੀ ਮੇਅਰ ਕਦੇ ਸਖਤ ਨਹੀਂ ਕਰਾਂਗੇ, ਫੱਜੀ ਮੇਅਰ ਹਟਾਉਣਾ ਪੜੇਗਾ ਇਹਨੇ। ਅਸੀਂ ਕਮਰੇ ਨੂੰ ਤਾਲਾ ਲਾਉਣ ਜਾ ਰਹੇ ਸੀਗੇ ਜਦੋਂ ਮੇਅਰ ਦਾ ਇਲੈਕਸ਼ਨ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਡੈਫਰ ਕਰਤੀ ਹੈ ਮੀਟਿੰਗ। ਹੁਣ ਮੇਅਰ ਦਾ ਮਤਲਬ ਨਹੀਂ ਇੱਥੇ ਕਾਰਪੋਰੇਸ਼ਨ ਦੇ ਵਿੱਚ, ਚੰਡੀਗੜ੍ਹ ਨੂੰ ਕੋਈ ਮੇਅਰ ਨਹੀਂ ਮਿਲਿਆ ਹੋਇਆ, ਚੰਡੀਗੜ੍ਹ ਦੀ ਕਾਰਪੋਰੇਸ਼ਨ ਖਾਲੀ ਹੈ, ਚੰਡੀਗੜ੍ਹ ਦੀ ਕਾਰਪੋਰੇਸ਼ਨ ਨਿਕੰਮੀ ਹੋ ਚੁੱਕੀ ਹੈ, ਸ਼ਹਿਰ ਦੇ ਵਾਸੀ ਕੰਮ ਦੇ ਲਈ ਤਰਸ ਰਹੇ ਨੇ, ਲੋਕ ਸੜਕਾਂ ਤੇ ਨੇ, ਕੋਈ ਕੰਮ ਨਹੀਂ ਹੋ ਰਹੇ। ਇਹ ਬੀਜੇਪੀ ਦਾ ਕਾਲਾ ਦਿਨ ਪੂਰਾ ਦੇਸ਼ ਦੇਖ ਰਿਹਾ, ਇਤਿਹਾਸ ਹੈ। ਇਹ ਗੁੰਡਾਗਰਦੀ ਅੱਜ ਤੱਕ ਕਦੇ ਨਹੀਂ ਹੋਈ ਸੀ, ਹਰ ਆਮ ਇਨਸਾਨ ਆ ਸੜਕਾਂ ਤੇ ਹੈ, ਹਰ ਇਨਸਾਨ ਇਹ ਕਹਿ ਰਿਹਾ ਵੀ ਜੋ ਹੋਇਆ ਗਲਤ ਹੋਇਆ 30 ਤਰੀਕ ਨੂੰ। ਤੇ ਅਨਿਲ ਮਸੀ, ਮੈਂ ਮੇਰੀ ਵੋਟ ਦੇ ਉਹ ਰਹਿੰਦੇ ਪੈਕ ਦੇ ਵਿੱਚ, ਅੱਜ ਉਹ ਸੈਰ ਕਰ ਰਹੇ ਸੀ ਸਵੇਰੇ, ਉਹ ਬੰਦਾ 16 ਤਰੀਕ ਨੂੰ ਵੀ ਸੈਰ ਕਰ ਰਿਹਾ ਸੀ, ਜਿਸ ਦਿਨ ਉਹ ਬਿਮਾਰ ਕਹਿ ਰਿਹਾ ਸੀ ਆਪਦੇ ਆਪ ਨੂੰ ਬਿਮਾਰ ਹੈ, ਉਹ ਸਭ ਝੂਠ ਸੀਗਾ, ਉਹ ਝੂਠ ਲੋਕਾਂ ਦੇ ਸਾਹਮਣੇ ਆ ਗਿਆ, ਇਹ ਗੁੰਡਾਗਰਦੀ ਲੋਕਾਂ ਦੇ ਸਾਹਮਣੇ ਆ ਗਈ ਹੈ। ਬਹੁਤ ਬੁਰਾ ਦਿਨ ਆਣਗੇ ਜੇ ਬੀਜੇਪੀ ਨੂੰ ਬਾਹਰ ਨਹੀਂ ਕੱਢਿਆ ਦੇਸ਼ ਚੋਂ, ਇਹ ਆਪਣੀ ਲੜਾਈ ਹੈ, ਇਹ ਲੋਕਾਂ ਦੀ ਲੜਾਈ ਹੈ। ਬਿਲਕੁਲ, ਪੁਲਿਸ ਨੇ ਇਹਨਾਂ ਨੂੰ ਡਿਟੇਨ ਕਰ ਲਿਆ ਤੇ ਹੁਣ ਡਿਟੇਨ ਕਰਕੇ ਇਹਨਾਂ ਨੂੰ ਲੈ ਕੇ ਜਾਂਦੇ ਹੋਏ, ਯਾਨੀ ਕਿ ਜਿੰਨੇ ਵੀ ਚੰਡੀਗੜ੍ਹ ਯੂਥ ਕਾਂਗਰਸ ਦੇ ਇੱਥੇ ਪਹੁੰਚੇ ਹੋਏ ਸੀ ਕਿ ਸਾਰਿਆਂ ਨੂੰ ਡਿਟੇਨ ਕਰ ਲਿਆ ਗਿਆ। ਦੂਜੇ ਪਾਸੇ ਪੁਲਿਸ ਇੱਥੇ ਪੂਰੀ ਤੈਨਾਤ ਕਰ ਦਿੱਤੀ ਗਈ ਹੈ, ਯਾਨੀ ਕਿ ਪੂਰੇ ਬੈਰੀਕੇਟਿੰਗ ਲਾ ਦਿੱਤੇ ਗਏ ਨੇ, ਕਿਸੇ ਨੂੰ ਵੀ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ।